ਪਿਛਲੇ ਦਿਨਾਂ ਦੇ ਵਿੱਚ ਹੀ ਸਾਡੇ ਭਾਰਤ ਦੇ ਵਿੱਤ ਮੰਤਰੀ ਸ਼੍ਰੀ ਅਰੁਣ ਜੇਤਲੀ ਜੀ ਨੇ ਭਾਰਤ ਦਾ ਆਮ ਬਜਟ ਪੇਸ਼ ਕੀਤਾ ਹੈ ਔਰ ਸਾਰੇ ਦੇਸ਼ ਦੇ ਅੰਦਰ ਸਾਰੇ ਸਮਾਜ ਦੇ ਅਲੱਗ ਅਲੱਗ ਲੋਕਾਂ ਦੀ ਅਲੱਗ ਅਲੱਗ ਰਾਏ ਇਸ ਬਜਟ ਬਾਰੇ ਆ ਰਹੀ ਹੈ। ਅੱਜ ਅਸੀਂ ਬੈਠੇ ਹਾਂ ਏਐਸ ਕਾਲਜ ਖੰਨਾ ਦੇ ਵਿੱਚ ਔਰ ਸਾਡੇ ਨਾਲ ਨੇ ਡਾਕਟਰ ਆਰਐਸ ਝਾਂਜੀ ਜੀ। ਝਾਂਜੀ ਜੀ, ਜਿੱਦਾਂ ਕਿ ਵਿੱਤ ਮੰਤਰੀ ਜੀ ਨੇ ਬਜਟ ਪੇਸ਼ ਕੀਤਾ ਤਾਂ ਤੁਹਾਨੂੰ ਕਿਆ ਲੱਗ ਰਿਹਾ ਵੀ ਇਹ ਕੈਸਾ ਬਜਟ ਆਇਆ? ਮੈਨੂੰ ਤਾਂ ਇਹ ਲੱਗਦਾ ਕਿ ਬਜਟ ਜਿੱਦਾਂ ਪਿਛਲੇ ਸਾਲ ਪੇਸ਼ ਕੀਤਾ ਸੀ ਉਹ ਬਜਟ ਸੇਮ ਦਾ ਸੇਮ ਚੱਕ ਕੇ ਰੱਖਤਾ, ਕਿਉਂਕਿ ਅਸੀਂ ਸੈਲਰੀਡ ਕਲਾਸ ਬੀਇੰਗ ਸੈਲਰੀਡ ਪਰਸਨ ਹੋਣ ਦੇ ਨਾਤੇ ਸਾਨੂੰ ਬਹੁਤ ਉਮੀਦਾਂ ਸੀਗੀਆਂ ਕਿ ਸ਼ਾਇਦ ਸੈਲਰੀ ਦੀ ਰਿਬੇਟ ਜਿਹੜੀ ਹੈ ਹੋਰ ਵਧੇਗੀ, ਲੇਕਿਨ ਉਹ ਵੀ ਨਹੀਂ ਵਧੀ। ਸਾਨੂੰ ਲੱਗਦਾ ਸੀ ਕਿ ਸ਼ਾਇਦ ਜੇ ਇੱਦਾਂ ਨਹੀਂ ਵਧੇ ਸਲੈਬ ਰੇਟਸ ਕੁਛ ਘੱਟ ਘਟਣਗੇ ਜਿਹੜਾ ਹੈਗਾ, ਉਹ ਵੀ ਕੁਛ ਨਹੀਂ ਹੋਇਆ ਹੈਗਾ, ਅਤੇ ਉਲਟਾ ਬਲਕਿ ਇਹਦੇ ਨਾਲ ਜਿਹੜਾ ਸੀਗਾ ਕਿ ਡੀਜ਼ਲ ਪੈਟਰੋਲ ਦੇ ਵਧਣ ਨਾਲ ਮਹਿੰਗਾਈ ਜ਼ਿਆਦਾ ਵੱਧ ਗਈ ਹੈ ਔਰ ਸਰਵਿਸ ਟੈਕਸ ਵੀ ਵਧਾ ਦਿੱਤਾ ਗਿਆ ਜਿਹੜਾ ਹੈਗਾ। ਇਸ ਦੇ ਨਾਲ ਜਿਹੜਾ ਕਿ ਆਮ ਤੌਰ 'ਤੇ ਜਿਹੜਾ ਮਿਡਲ ਕਲਾਸ ਜਿਹੜੀ ਹੈਗੀ ਹੈ, ਅਸੀਂ ਮਿਡਲ ਕਲਾਸ ਮੰਨਦੇ ਹਾਂ ਕਿ ਸੈਲਰੀਡ ਕਲਾਸ ਦੀ ਮਿਡਲ ਕਲਾਸ ਜਿਹੜਾ ਹੈਗਾ, ਅਤੇ ਜਿਹੜੀ ਉਸ ਕਲਾਸ ਲਈ ਕੋਈ ਬਹੁਤਾ ਕੋਈ ਦੇਖਣ ਨੂੰ ਨਜ਼ਰ ਨਹੀਂ ਆ ਰਿਹਾ ਇਹਦੇ 'ਚੋਂ, ਉਲਟਾ ਬਲਕਿ ਮਹਿੰਗਾਈ ਦੇ ਵਧਣ ਨਾਲ ਕੋਈ ਐਜੂਕੇਸ਼ਨਲ ਮਹਿੰਗੀ ਹੋ ਗਈ, ਉਹਦੇ ਚੀਜ਼ਾਂ ਮਹਿੰਗੀਆਂ ਹੋ ਗਈਆਂ, ਹਰ ਚੀਜ਼ ਦੀ ਸਟੈਂਡਰਡ ਆਫ ਲਿਵਿੰਗ ਜਿਹੜਾ ਹੈਗਾ ਮਹਿੰਗਾ ਹੋ ਗਿਆ, ਅਤੇ ਰਿਬੇਟ ਨਾ ਮਿਲਣ ਕਰਕੇ ਜਿਹੜਾ ਹੈਗਾ ਅਤੇ ਮੈਨੂੰ ਲੱਗਦਾ ਕਿ ਕਾਫੀ ਮੁਸ਼ਕਲ ਆਏਗੀ ਜਿਹੜਾ ਹੈਗਾ ਮਿਡਲ ਕਲਾਸ ਜਿਹੜੀ ਹੈਗੀ ਹੈ ਉਹਦੇ ਲਈ। ਇੱਕ ਝਾਂਜੀ ਜੀ, ਜਿੱਦਾਂ ਕਿ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਮੋਦੀ ਜੀ ਨੇ ਵਾਅਦਾ ਕੀਤਾ ਹੋਇਆ ਕਿ ਕੁਛ ਸਾਲਾਂ ਦੇ ਅੰਦਰ ਹੀ ਅਸੀਂ ਹਰ ਬਸ਼ਿੰਦੇ ਨੂੰ ਹਿੰਦੁਸਤਾਨ ਦੇ ਇੱਕ ਘਰ ਮੁਹੱਈਆ ਕਰਾ ਦਾਂਗੇ ਉਹਨੂੰ, ਤਾਂ ਇਹ ਜਿਹੜਾ ਬਜਟ ਆਇਆ ਤੁਹਾਨੂੰ ਲੱਗਦਾ ਵੀ ਕੁਛ ਐਸਾ ਉਸ ਪਾਸੇ ਵੀ ਇਹ ਕਦਮ ਵਧਣਗੇ? ਨਹੀਂ ਜੀ, ਦੇਖਿਆ ਜਾਵੇ ਇਹਦੇ 'ਚ ਬਜਟ 'ਚ ਪ੍ਰੋਗਰੈਸਿਵ ਬਜਟ ਤਾਂ ਹੁੰਦਾ ਜੇ ਸਾਨੂੰ ਕਿਤੇ ਕੋਈ ਨਜ਼ਰ ਆ ਰਿਹਾ ਹੋਵੇ ਜਿਹੜਾ ਹੈਗਾ। ਹੁਣ ਜੇ ਅਸੀਂ ਦੇਖੀਏ ਐਗਰੀਕਲਚਰ ਲਈ ਕੋਈ ਮਿਨੀਮਮ ਸਪੋਰਟ ਪ੍ਰਾਈਜ਼ ਨਹੀਂ ਫਿਕਸ ਹੋ ਰਹੀ, ਐਜੂਕੇਸ਼ਨਲ ਅਦਾਰਿਆਂ ਲਈ ਇਨਫਰਾਸਟ੍ਰਕਚਰ ਲਈ ਜਿਹੜਾ ਹੈਗਾ ਪੈਸਾ ਕਿੱਥੋਂ ਆਏਗਾ ਸਾਰਾ ਜਿਹੜਾ ਹੈਗਾ, ਔਰ ਪੈਸੇ ਦੀ ਜਿਹੜੀ ਜਨਰੇਸ਼ਨ ਜਿਹੜੀ ਕਿੱਥੋਂ ਹੋਏਗੀ ਜਿਹੜੀ ਉਹਦੇ 'ਚੋਂ? ਜੇ ਅਸੀਂ ਗੱਲ ਕਰਦੇ ਹਾਂ ਕਿ ਜਦੋਂ ਤੱਕ ਅਸੀਂ ਆਪਣਾ ਇਨਫਰਾਸਟ੍ਰਕਚਰ ਬਿਲਡ ਨਹੀਂ ਕਰਾਂਗੇ ਜਾਂ ਅਸੀਂ ਆਪਣਾ ਜਿਹੜਾ ਉਹਦੇ 'ਚੋਂ ਜਿਹੜੀ ਮੇਕ ਇਨ ਇੰਡੀਆ ਜਿਵੇਂ ਨਾਰਾ ਲਾਇਆ ਸੀ ਜਿਹੜਾ ਹੈਗਾ, ਅਸੀਂ ਇਹਨੂੰ ਅਸੀਂ ਜ਼ਿਆਦਾਤਰ ਚੀਜ਼ਾਂ ਐਕਸਪੋਰਟ ਨਹੀਂ ਕਰਾਂਗੇ ਜਿਹੜਾ ਹੈਗਾ, ਤਾਂ ਮੈਨੂੰ ਤਾਂ ਕੋਈ ਨਜ਼ਰ ਆ ਨਹੀਂ ਰਿਹਾ ਵਿੱਚ ਵੀ ਐਕਸਪੋਰਟ ਲਈ ਕੋਈ ਚੀਜ਼ ਛੱਡੀ ਅਸੀਂ ਜਿਹੜੀ ਹੈਗੀ ਹੈ, ਜਾਂ ਇਹਦੇ ਲਈ ਬਹੁਤ ਵੱਡਾ ਅਸੀਂ ਮਾਰਜਨ ਛੱਡ ਕੇ ਅਸੀਂ ਇਹਦੇ 'ਚੋਂ ਬਹੁਤ ਸਾਰਾ ਜਿਹੜੀ ਐਕਸਪੋਰਟ ਦੇ ਲਈ ਅਸੀਂ ਆਪਣੇ ਆਪ ਸਮਰਥ ਹੋ ਜਾਂਗੇ ਜਿਹੜਾ ਇਹਦੇ 'ਚੋਂ ਅਸੀਂ, ਇਹ ਵੀ ਕੋਈ ਨਜ਼ਰ ਨਹੀਂ ਆ ਰਿਹਾ ਹਾਲੇ ਤੱਕ ਇਹਦੇ 'ਚੋਂ। ਸੋ ਇਹਦੇ 'ਚੋਂ ਪਹਿਲਾਂ ਰੇਲ ਬਜਟ ਦੇਖਿਆ ਅਸੀਂ, ਰੇਲ ਬਜਟ 'ਚ ਵੀ ਕੋਈ ਨਵੀਆਂ ਟ੍ਰੇਨਸ ਦੇ ਬਾਰੇ ਇੰਟਰੋਡਕਸ਼ਨ, ਜਿਵੇਂ ਅਸੀਂ ਬੁਲਟ ਟ੍ਰੇਨ ਦੀ ਗੱਲ ਕਰਦੇ ਹਾਂ, ਅਸੀਂ ਜਿਹੜੀ ਹੈ ਜਪਾਨ ਦੇ ਨਾਲ ਕੰਪੀਟ ਕਰਨ ਦੀ ਗੱਲ ਕਰ ਰਹੇ ਹਾਂ, ਅਸੀਂ ਚਾਈਨਾ ਨਾਲ ਕੰਪੀਟ ਕਰਨ ਦੀ ਗੱਲ ਕਰ ਰਹੇ ਹਾਂ ਜਿਹੜਾ ਹੈਗਾ, ਉਸ ਦੇ ਹਿਸਾਬ ਨਾਲ ਜਿਹੜੀ ਹੈ ਕਿ ਨਜ਼ਰ ਨਹੀਂ ਆ ਰਿਹਾ ਕਿ ਬਜਟ 'ਚ ਕੋਈ ਇੱਦਾਂ ਦਾ ਕੋਈ ਪ੍ਰੋਵੀਜ਼ਨ ਹੈਗਾ ਜਿਹਦੇ ਨਾਲ ਅਸੀਂ ਕਰ ਸਕਾਂਗੇ ਜਿਹੜਾ ਹੈਗਾ ਉਹਦੇ 'ਚੋਂ। ਸੋ ਇਹ ਬਜਟ ਕੁੱਲ ਟੋਟਲ ਬੁਲਾ ਕੇ ਤਾਂ ਮੈਨੂੰ ਇਹ ਲੱਗਦਾ ਵੀ ਪਹਿਲੇ ਸਾਲ ਦੀ ਕਾਪੀ ਹੈ ਜਿਹੜੀ ਸਾਰੀ। ਇਹ ਬਜਟ ਨਾਲ ਜਾਂਜੀ ਸਾਹਿਬ ਵੀ ਜਿੱਦਾਂ ਆਪਾਂ ਕਹਿ ਦਿੰਦੇ ਹਾਂ ਕਿ ਬੰਦੇ ਦੀ ਇੱਕ ਪਰ ਕੈਪਟਾ ਇਨਕਮ ਹੁੰਦੀ ਹੈ, ਇਹਦੀ ਕੁਛ ਫਰਕ ਪੈਣ ਦੀ ਉਮੀਦ ਲੱਗਦੀ? ਨਹੀਂ, ਪਰ ਕੈਪਟਾ ਇਨਕਮ ਕਿੱਦਾਂ ਹੋਵੇਗੀ, ਡਿਫਰੈਂਸ ਹੀ ਬਹੁਤ ਹੈ। ਮਿਡਲ ਕਲਾਸ ਤਾਂ ਆਲਰੇਡੀ ਕਰਸ਼ ਹੈਗੀ ਹੈ, ਜਿਹੜੀ ਲੋਅਰ ਕਲਾਸ ਲਈ ਜਿਹੜਾ ਹੈਗਾ ਨਾਂ ਦਾ ਦੇਖੋ, ਤੁਸੀਂ ਜੇ ਹਾਊਸਿੰਗ ਦੀ ਗੱਲ ਕਰਦੇ ਹੋ, ਅੱਜ ਵੀ ਪਾਣੀ ਤਾਂ ਅਸੀਂ ਪਾਣੀ ਨਹੀਂ ਪਹੁੰਚਿਆ ਹਾਲੇ ਤੱਕ, ਨਾ ਪਾਣੀ ਦੀ ਸਮੱਸਿਆ ਉੱਥੇ ਦੀ ਉੱਥੇ ਜਿਉਂ ਦੀ ਤਿਉਂ ਹੈ, ਹਾਊਸਿੰਗ ਦੀ ਪ੍ਰੋਬਲਮ ਜਿਉਂ ਦੀ ਤਿਉਂ ਜਿਹੜੀ ਹੈਗੀ ਹੈ, ਔਰ ਬਾਕੀ ਜਿਹੜੀ ਫੂਡ ਦੀ ਗੱਲ ਕਰ ਰਹੇ ਹਾਂ ਅਸੀਂ, ਫੂਡ ਤਾਂ ਅਸੀਂ ਡੈਫੀਸਿਟ ਹੁੰਦੇ ਜਾ ਰਹੇ ਹਾਂ ਜਿਹੜੀ ਹੈ, ਕਿਉਂਕਿ ਪਾਪੂਲੇਸ਼ਨ ਦਾ ਸਾਡਾ ਕੰਟਰੋਲ ਹੀ ਹੈ ਨਹੀਂ, ਜੇ ਪਾਪੂਲੇਸ਼ਨ ਦਾ ਕੰਟਰੋਲ ਹੈ ਨਹੀਂ ਤਾਂ ਫੂਡ ਡੈਫੀਸਿਟ ਹੁੰਦੇ ਜਾ ਰਹੇ ਜਿਹੜਾ ਅਸੀਂ, ਰਾਦਰ ਇਹ ਹੈ ਕਿ ਕਿਉਂਕਿ ਜੇ ਮੇਨਲੀ ਅਰਬਨਾਈਜੇਸ਼ਨ ਜੇ ਹੋ ਰਹੀ ਹੈ ਤਾਂ ਉਹਦੇ ਨਾਲ ਜਿਹੜੀ ਸਾਡੀ ਲੈਂਡ ਐਗਰੀਕਲਚਰ ਲੈਂਡ ਆ ਉਹ ਘੱਟਦੀ ਜਾ ਰਹੀ ਹੈ, ਅਤੇ ਉਹਦੇ ਨਾਲ ਅਸੀਂ ਮੈਨੂੰ ਲੱਗਦਾ ਸੀ ਆਉਣ ਵਾਲੇ ਸਮੇਂ 'ਚ ਐਨਰਜੀ ਕ੍ਰਾਈਸਿਸ, ਫੂਡ ਕ੍ਰਾਈਸਿਸ ਜਿਹੜਾ ਹੈਗਾ, ਹਾਊਸਿੰਗ ਕ੍ਰਾਈਸਿਸ ਪਹਿਲਾਂ ਹੀ ਹੈਗਾ ਸਾਡੇ ਕੋਲ, ਸਾਡੇ ਕੋਲ ਲੈਂਡ ਹੈ ਨਹੀਂ ਸਾਡੇ ਕੋਲ, ਕਿਉਂਕਿ ਉਹਦੇ ਨਾਲ ਪਾਪੂਲੇਸ਼ਨ ਦੀ ਜਿਹੜੀ ਜਿਹੜੀ ਸਾਡੀ ਆਬਾਦੀ ਇੰਨੀ ਹੈਗੀ ਹੈ, ਉਹਦੇ ਅਕੋਰਡਿੰਗਲੀ ਲੈਂਡ ਬਹੁਤ ਘੱਟ ਹੈਗੀ ਹੈ, ਅਤੇ ਸਾਨੂੰ ਬਹੁਤ ਸੋਚ ਸਮਝ ਕੇ ਚੱਲਣਾ ਪਏਗਾ ਇਹ ਕਿ ਇਹ ਸਾਰੀਆਂ ਚੀਜ਼ਾਂ ਕਿੱਥੋਂ ਆਉਣਗੀਆਂ, ਐਨਰਜੀ ਕਿੱਥੋਂ ਆਏਗੀ, ਕੋਲ ਬਾਰੇ ਅਸੀਂ ਕੋਈ ਹਾਲੇ ਕੰਕਰੀਟ ਕੋਈ ਫੈਸਲਾ ਨਹੀਂ ਕਰ ਪਾਏ ਜਿਹੜਾ ਪੂਰੀ ਤਰ੍ਹਾਂ, ਔਰ ਉਹਦੇ ਨਾਲ ਬਿਜਲੀ ਦੀ ਜਿਹੜੀ ਪ੍ਰੋਡਕਸ਼ਨ ਆ ਘੱਟਦੀ ਜਾ ਰਹੀ ਹੈ, ਇਹ ਸਾਰੀਆਂ ਚੀਜ਼ਾਂ ਜੁੜੀ ਹੋਈ ਤਰੱਕੀ ਤਾਂ ਹੋ ਸਕਦੀ ਹੈ ਜੇ ਸਾਡੇ ਕੋਲ એનર્ਜੀ ਹੋਏਗੀ, ਸਾਡੇ ਕੋਲ ਰਿਸੋਰਸਿਸ ਹੋਣਗੇ, ਅਸੀਂ ਪ੍ਰੋਪਰਲੀ ਚੈਨਲਾਈਜ਼ ਕਰਾਂਗੇ ਉਹਨਾਂ ਦਾ ਹੈਗਾ, ਸੋ ਕਿਤੇ ਨਜ਼ਰ ਨਹੀਂ ਆ ਰਿਹਾ ਹਾਲੇ ਫਿਲਹਾਲ। ਝਾਂਜੀ ਸਾਹਿਬ, ਮੈਂ ਦੇਖਦਾ ਹਰ ਸਾਲ ਜਦੋਂ ਵੀ ਬਜਟ ਪੇਸ਼ ਹੁੰਦਾ ਤਾਂ ਡਿਫੈਂਸ ਦਾ ਜਿਹੜਾ ਬਜਟ ਹੈ ਉਹ ਹਰ ਸਾਲ ਵੱਧ ਜਾਂਦਾ, ਤਾਂ ਕੀ ਇਹ ਜਿਹੜੇ ਸਾਡੇ ਲੀਡਰ ਨੇ, ਸਾਡੇ ਦੇਸ਼ ਦੇ ਜਾਂ ਹੋਰ ਗੁਆਂਢੀ ਦੇਸ਼ਾਂ ਦੇ ਲੀਡਰ ਨੇ, ਇਹ ਆਪਸ 'ਚ ਬਹਿ ਕੇ ਜੇ ਪੀਸ ਨੂੰ ਵਧਾਉਣਗੇ ਤਾਂ ਮੇਰਾ ਖਿਆਲ ਹੈ ਵੀ ਜਿਹੜਾ ਬਜਟ ਡਿਫੈਂਸ 'ਤੇ ਇੰਨਾ ਦੇਣਾ ਪੈਂਦਾ ਉਹ ਘਟਾ ਕੇ ਸਾਡੀ ਦੇਸ਼ ਦੀ ਡਿਵੈਲਪਮੈਂਟ 'ਤੇ ਲੱਗ ਸਕਦਾ? ਇਹ ਬਿਲਕੁਲ ਠੀਕ ਹੈ, ਦੇਸ਼ਾਂ ਨੂੰ ਬਿਲਕੁਲ ਸਮਝਣਾ ਪਿਆ। ਜਿੱਦਾਂ ਪਿੱਛੇ ਸਾਰਕ ਸੰਮੇਲਨ ਹੋਇਆ, ਸਾਰਕ ਸੰਮੇਲਨ 'ਚ ਜਿਹੜੇ ਮੁੱਦੇ ਸੀ, ਇਸ਼ੂ ਸੀਗੇ, ਉਹ ਸੈਟਲ ਨਹੀਂ ਕਰ ਪਾਏ ਜਿਹੜਾ ਹੈਗਾ, ਕਿਉਂਕਿ ਜਦੋਂ ਪੜੋਸੀ ਦੇਸ਼ ਹੀ ਆਪਸ ਕੋਆਰਡੀਨੇਸ਼ਨ ਨਹੀਂ ਕਰਨਗੇ ਤਾਂ ਜਦੋਂ ਇਸੇ ਕਰਕੇ ਜਿਹੜੀ ਜਿਹੜੇ ਹੁਣ ਯੂਰਪੀਅਨ ਵਿੰਗ ਜਿਹੜਾ ਹੈਗਾ
ਉਹਨਾਂ ਦੇ ਡਿਵੈਲਪ ਸਾਰੇ ਡਿਵੈਲਪ ਨੇਸ਼ਨਜ਼ ਨੇ ਜਿਹੜੇ ਨੇ, ਅਸੀਂ ਹਾਲੇ ਅੰਡਰ ਡਿਵੈਲਪ ਨੇਸ਼ਨ ਆ ਜਿਹੜਾ ਹੈਗਾ, ਅਤੇ ਸਾਨੂੰ ਮਿਲ ਕੇ ਇਹ ਚਾਹੀਦਾ ਕਿ ਆਪਸ 'ਚ ਬੈਠ ਕੇ ਗੱਲਬਾਤ ਕਰਨ। ਜੇ ਡਿਫੈਂਸ 'ਤੇ ਅਸੀਂ ਇੰਨਾ ਹਰ ਸਾਲ ਬਜਟ ਵਧਾ ਰਹੇ ਜਿਹੜਾ ਹੈਗਾ, ਜੇ ਉਹੀ ਬਜਟ ਵੈਲਫੇਅਰ ਸਕੀਮ 'ਤੇ ਲਾਇਆ ਜਾਓ ਜਿਹੜਾ ਹੈਗਾ, ਤਾਂ ਮੇਰਾ ਖਿਆਲ ਹੈ ਤਰੱਕੀ ਤਾਂ ਹੋ ਸਕਦੀ ਹੈ। ਕਿਉਂਕਿ ਜੇ ਅਸੀਂ ਦੇਖੀਏ ਹੁਣ ਪਿੱਛੇ ਸੁਣਨ 'ਚ ਆਇਆ ਕਿ ਸਾਡੇ ਪੜੋਸੀ ਦੇਸ਼ 'ਚ ਪਾਕਿਸਤਾਨ 'ਚ ਟੋਟਲ ਬਲੈਕਆਊਟ ਰਿਹਾ, ਐਨਰਜੀ ਹੈ ਨਹੀਂ ਉਹਨਾਂ ਕੋਲ, ਰਿਸੋਰਸਿਸ ਉਹਨਾਂ ਕੋਲ ਹੈ ਨਹੀਂ, ਉਹ ਵੀ ਜਦੋਂ ਅਸੀਂ ਇੱਕ ਮਿਜ਼ਾਈਲ ਲਾਉਂਦੇ ਤਾਂ ਦੋ ਮਿਜ਼ਾਈਲ ਉਹ ਛੱਡ ਦਿੰਦੇ ਨੇ। ਅਤੇ ਡਿਫੈਂਸ ਦਾ ਜਿਹੜਾ ਬਜਟ ਹੈ ਦੋਨੋਂ ਦੇਸ਼ ਜਿਹੜੇ ਨੇ ਪ੍ਰਪੋਰਸ਼ਨਲੀ ਜਿਹੜਾ ਬਹੁਤ ਜ਼ਿਆਦਾ ਵਧਾ ਰਹੇ ਨੇ ਆਪਣਾ ਹੈਗਾ, ਜਿਹੜਾ ਕਿ ਸਾਡੇ ਲਈ ਆਉਣ ਵਾਲੇ ਸਮੇਂ ਲਈ ਠੀਕ ਨਹੀਂ ਹੈ। ਪੀਸਫੁੱਲ ਪਰਪਸ ਲਈ ਜੇ ਇਹ ਪੈਸਾ ਖਰਚਿਆ ਜਾਵੇ ਔਰ ਇਨੀਸ਼ੀਟਿਵ ਲਏ ਜਾਣ ਉਹਦੇ ਲਈ, ਉਹ ਜ਼ਿਆਦਾ ਬੈਟਰ ਰਹਿਣਗੇ। ਔਰ ਆਪਸ 'ਚ ਟ੍ਰੇਡ ਵਧਣਾ ਚਾਹੀਦਾ, ਆਪਸ 'ਚ ਜਿਹੜਾ ਹੈਗਾ ਤਾਲਮੇਲ ਵਧਣਾ ਚਾਹੀਦਾ, ਆਪਸ 'ਚ ਡਿਪਲੋਮੈਟਿਕ ਲੈਵਲ 'ਤੇ ਜਿਹੜਾ ਹੈਗਾ ਇਹ ਬੈਠਣ ਦੀ ਲੋੜ ਹੈ ਔਰ ਮਸਲੇ ਹੱਲ ਕਰਨ ਦੀ ਲੋੜ ਹੈ। ਕਿਉਂਕਿ ਇੱਦਾਂ ਇਹ ਕੋਈ ਹੱਲ ਨਹੀਂ, ਹਰ ਸਾਲ ਤੋਂ ਡਿਫੈਂਸ ਵਧਾ ਲਓ ਤੁਸੀਂ ਅਤੇ ਉਹਦੇ ਲਈ ਤੁਸੀਂ ਐਟ ਦਾ ਕੋਸਟ ਆਫ ਤੁਸੀਂ ਲਿਵਿੰਗ 'ਤੇ ਕਰ ਰਹੇ ਹੋ, ਆਪਣੇ ਲੋਕਾਂ ਦੀ ਜਿਹੜੀ ਹੈ ਹਾਊਸਿੰਗ ਕਿਤੇ ਨਾ ਕਿਤੇ ਕੱਟ ਲੱਗੇਗਾ, ਜਾਂ ਐਜੂਕੇਸ਼ਨ 'ਤੇ ਕੱਟ ਲੱਗੇਗਾ, ਜਾਂ ਹੈਲਥ 'ਤੇ ਕੱਟ ਲੱਗੇਗਾ, ਜਾਂ ਇਨਫਰਾਸਟ੍ਰਕਚਰ 'ਤੇ ਕੱਟ ਲੱਗੇਗਾ। ਆਫਟਰ ਆਲ ਪੈਸਾ ਜਿਹੜਾ ਹੈਗਾ ਉਹ ਜੇ ਕਿਤੇ ਨਾ ਕਿਤੇ ਤਾਂ ਜਾਏਗਾ ਨਾ ਉਹ, ਤਾਂ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਇਹ ਕਾਊਂਟ ਕਰਦੀਆਂ ਨੇ। ਸਰ ਆਖਿਰ ਵਿੱਚ ਜਾਂਜੀ ਸਾਹਿਬ, ਜਿੱਦਾਂ ਤੁਸੀਂ ਕਾਲਜ ਦੇ ਇੱਕ ਪ੍ਰਿੰਸੀਪਲ ਹੋ, ਤੁਹਾਡੇ ਕੋਲ ਸਟੂਡੈਂਟਸ ਨੇ, ਸਾਰੇ ਯੰਗ ਨੇ, ਤਾਂ ਇੱਕ ਗੱਲ ਉੱਠ ਰਹੀ ਸੀ, ਇਹ ਡਿਮਾਂਡ ਵੀ ਆ ਰਹੀ ਸੀ ਕਿ ਜਿਹੜਾ ਸਟੂਡੈਂਟਸ ਲਈ ਲੋਨ ਦਿੱਤਾ ਜਾਂਦਾ ਐਜੂਕੇਸ਼ਨ ਲੋਨ, ਵੀ ਉਹਦੇ ਇੰਟਰਸਟ 'ਚ ਕਮੀ ਆਉਣੀ ਚਾਹੀਦੀ ਹੈ, ਤੁਹਾਨੂੰ ਕੀ ਲੱਗਦਾ ਵੀ ਇਸ ਬਜਟ 'ਚ ਤਾਂ ਕੋਈ ਐਸੀ ਪ੍ਰਾਵਧਾਨ ਨਹੀਂ ਹੈ? ਦੇਖੋ ਗੱਲ ਇਹ ਹੈ, ਪਹਿਲੀ ਤਾਂ ਗੱਲ ਹੈ ਕਿ ਆਮ ਤੁਸੀਂ ਤਾਂ ਲੋਅਰ ਸਟਾਟ ਦੀ ਤਾਂ ਗੱਲ ਛੱਡੋ, ਜਿਹੜਾ ਹੈਗਾ ਜਿਹੜਾ ਮਿਡਲ ਕਲਾਸ ਵੀ ਹੈ ਉਹਦੇ ਲਈ ਵੀ ਕਿਸੇ ਵੀ ਪ੍ਰੋਫੈਸ਼ਨਲ ਕਾਲਜ ਆ, ਜਿਸ ਗੱਲ ਕਰੀਏ ਇੰਜੀਨੀਅਰਿੰਗ ਦੀ, ਅੱਜ ਅਸੀਂ ਗੱਲ ਕਰੀਏ ਤੁਸੀਂ ਮੈਡੀਕਲ ਕਾਲਜਾਂ ਦੀ, ਅੱਜ ਅਸੀਂ ਗੱਲ ਕਰੀਏ ਕਿਸੇ ਵੀ ਵੋਕੇਸ਼ਨਲ ਸਕਿੱਲਡ ਕੋਰਸ ਦੀ ਗੱਲ ਕਰੀਏ ਜਿਹੜਾ ਹੈਗਾ, ਤਾਂ ਮੇਰਾ ਖਿਆਲ ਬਹੁਤ ਪਿੱਛੇ ਹਾਂ ਅਸੀਂ ਇਸ ਚੀਜ਼ ਜਿਹੜਾ ਹੈਗਾ। ਇਹਨਾਂ ਦੀਆਂ ਫੀਸਾਂ ਇੰਨੀਆਂ ਜ਼ਿਆਦਾ ਨੇ, ਇੱਕ ਆਮ ਬੰਦਾ ਸੋਚ ਹੀ ਨਹੀਂ ਸਕਦਾ ਇਹਨਾਂ ਦੀ ਫੀਸਾਂ ਜਿਹੜੀਆਂ ਨੇ, ਕਿਉਂਕਿ ਜਿੰਨੇ ਕੁ ਇੰਸਟੀਟਿਊਟ ਅੱਛੇ ਇੰਸਟੀਟਿਊਟ ਜਿਹੜੇ ਹੈਗੇ ਉਹਨਾਂ 'ਚ ਕਿੰਨੇ ਕੁ ਬੱਚੇ ਕੰਜ਼ਿਊਮ ਹੋ ਰਹੇ ਨੇ, 6% ਵੀ ਨਹੀਂ ਜਾ ਰਿਹਾ ਉਹਦੇ, ਜਿਹੜਾ 6% ਵੀ ਹਾਇਰ ਐਜੂਕੇਸ਼ਨ ਨਹੀਂ ਲੈ ਰਿਹਾ ਹੈਗਾ। ਅਤੇ ਜੇ ਇਹੀ ਹਾਲਾਤ ਰਹੇ ਕਿ 45% ਤੋਂ 50% ਦੇ ਕਰੀਬ ਆਬਾਦੀ ਜਿਹੜੀ ਹੈਗੀ ਹੈ ਉਹ ਜਿਹੜੀ ਸਾਰੀ 25 ਸਾਲ ਦੇ ਆਸ ਪਾਸ ਹੈ, ਅਤੇ ਉਹਨਾਂ ਲਈ ਅਸੀਂ ਜੇ ਅਸੀਂ ਇਹ ਸਕਿੱਲਡ ਪ੍ਰੋਗਰਾਮ ਪ੍ਰੋਵਾਈਡ ਨਹੀਂ ਕਰ ਸਕਦੇ, ਜੇ ਅਸੀਂ ਉਹਨਾਂ ਨੂੰ ਜੋਬਸ ਕਿੱਥੋਂ ਦੇਵਾਂਗੇ? ਅਸੀਂ ਉਹਨਾਂ ਨੂੰ ਐਜੂਕੇਸ਼ਨ ਲੋਨ ਜਿਹੜਾ ਹੈਗਾ ਉਹ 'ਚ ਕੋਈ ਪ੍ਰੋਵੀਜ਼ਨ ਨਹੀਂ ਛੱਡਿਆ ਕੋਈ ਜਿਹੜਾ ਹੈਗਾ, ਔਰ ਉਹ ਇੰਨੇ ਸੌਖੇ ਹਾਲਾਤਾਂ 'ਚ ਨਹੀਂ ਮਿਲਦਾ ਕਿ ਉਹਨੂੰ ਰਿਟਰਨ ਹੀ ਹੈ ਨਹੀਂ ਉਹਦੇ ਕੋਲ ਬੱਚੇ ਕੋਲ, ਤਾਂ ਉਹਨੂੰ ਜਿਹੜੇ ਜੇ ਇੰਨੇ ਇੰਨੇ ਲੱਖਾਂ ਰੁਪਇਆ ਲੈ ਕੇ ਲੋਨ ਲੈ ਕੇ ਉਹਨੇ ਕਰਨਾ, ਉਹਦੀ ਰਿਟਰਨ ਕੋਈ ਨਹੀਂ ਹੈ, ਵਾਪਸੀ ਜਿਹੜੀ ਹੈਗੀ ਉਹਦੀ ਨਜ਼ਰ ਨਹੀਂ ਆ ਰਹੀ ਕਿਤੇ ਜਿਹੜਾ ਹੈਗਾ, ਕਿਉਂਕਿ ਉਦੋਂ ਬਾਅਦ ਵੀ ਕੋਈ ਜਿਹੜਾ ਟੋਟਲ ਹਾਲੇ ਨਜ਼ਰ ਆ ਰਿਹਾ ਕਿ ਉਹਦੇ ਕੋਲ ਜੇ ਜੋਬਸ ਨਹੀਂ ਹੋਣਗੇ, ਐਜੂਕੇਸ਼ਨ ਵੀ ਕੰਪਲੀਟ ਕਰ ਲਏਗਾ, ਕਿੱਥੋਂ ਵਾਪਸ ਕਰੇਗਾ ਉਹ? ਉਹਦੇ ਲਈ ਜੋਬਸ ਦਾ ਪ੍ਰਬੰਧ ਕਰੋ, ਉਹਦੇ ਲਈ ਤੁਸੀਂ ਐਜੂਕੇਸ਼ਨ ਲੋਨ ਮੈਕਸੀਮਮ ਜਿਹੜਾ ਹੈਗਾ ਜਿੰਨੀ ਰਿਬੇਟ ਦੇਣੀ ਚਾਹੀਦੀ ਸੀਗੀ ਉਹ ਨਹੀਂ ਮਿਲੀ ਹੈਗੀ ਉਹਦੇ 'ਚੋਂ ਜਿਹੜਾ ਕਿ, ਤਾਂ ਮੇਰਾ ਖਿਆਲ ਹੋਰ ਹਾਲਾਤ ਜਿਹੜੇ ਨੇ ਵਿਗੜਦੇ ਹੀ ਜਾ ਰਹੇ ਨੇ, ਇਹਦੇ ਨਾਲ ਕੋਈ ਬੱਚਿਆਂ ਦਾ ਕੋਈ ਸੁਧਰਨ ਵਾਲਾ ਵੀ ਹੈ ਨਹੀਂ ਕਿਉਂਕਿ ਜਿਹੜਾ ਹੈਗਾ। ਅਖੀਰ 'ਚ ਜਾਂਜੀ ਜੀ, ਮੈਂ ਚਾਹੂੰਗਾ ਸਾਡੇ ਜਿਹੜੇ SN ਫਾਸਟਵੇ ਦੇ ਦਰਸ਼ਕ ਨੇ ਉਹਨਾਂ ਨੂੰ ਤੁਸੀਂ ਕੀ ਸੁਜੈਸ਼ਨ ਦੇਣੇ ਚਾਹੋਗੇ ਵੀ ਜਿੱਦਾਂ ਦਾ ਵੀ ਬਜਟ ਆਇਆ ਤਾਂ ਉਹਨਾਂ ਨੇ ਜਿਹੜਾ ਆਪਣਾ ਲਿਵਿੰਗ ਕਰਨੀ ਹੈ, ਗੁਜ਼ਾਰਾ ਕਰਨਾ, ਕੀ ਚੀਜ਼ਾਂ ਉਹਨਾਂ ਨੂੰ ਖਿਆਲ ਰੱਖ ਕੇ ਚੱਲਣਾ ਚਾਹੀਦਾ ਤਾਂ ਕਿ ਉਹਨਾਂ ਦਾ ਗੁਜ਼ਾਰਾ ਠੀਕ ਹੋ? ਮੈਨੂੰ ਤਾਂ ਇਹੀ ਲੱਗਦਾ ਕਿ ਉਹ ਕਹਿੰਦੇ ਜਿਵੇਂ ਕਹਿੰਦੇ ਨੇ ਕਿ ਆਪਣੇ ਪੈਰ ਚੱਦਰ ਵੇਖ ਕੇ ਪਸਾਰਨੇ ਚਾਹੀਦੇ ਨੇ, ਤਾਂ ਮੈਨੂੰ ਇਹ ਲੱਗਦਾ ਕਿ ਉਹਨਾਂ ਨੂੰ ਜ਼ਰੂਰ ਕਿਤੇ ਨਾ ਕਿਤੇ ਜਿਹੜਾ ਹੈਗਾ ਜਿਹੜੀ ਫਜ਼ੂਲ ਖਰਚੀ ਹੈ, ਜਿੱਦਾਂ ਫਜ਼ੂਲ ਖਰਚੀ ਅਸੀਂ ਵਿਆਹਾਂ 'ਚ ਵੇਸਟ ਬਹੁਤ ਕਰਦੇ ਹਾਂ ਅਸੀਂ ਜਿਹੜਾ ਹੈਗਾ, ਉਹ ਇਹ ਜਿਹੜੀ ਸ਼ੋਅਬਾਜ਼ੀ ਛੱਡ ਜਾਣੀ ਚਾਹੀਦੀ ਹੈ। ਇਹ ਸਿੰਪਲ ਲਿਵਿੰਗ ਜਿਹੜੀ ਹੈਗੀ ਔਰ ਹਾਈ ਥਿੰਕਿੰਗ ਜਿਹੜੀ ਹੈ ਉਹਦੇ ਨਾਲ ਹੀ ਗੁਜ਼ਾਰਾ ਚੱਲ ਸਕਦਾ ਸਾਡਾ, ਅਸੀਂ ਕੱਟ ਲਾ ਉਹਦੇ 'ਤੇ, ਜਿਹੜਾ ਹੁਣ ਬ੍ਰੈਂਡਿਡ ਦਾ ਲੇਬਲ ਲੱਗਿਆ ਹੋਇਆ ਉਹਦੇ ਨਾਲ ਅਸੀਂ ਖਰਚੇ ਵੀ ਵਧੇ ਹੋਏ ਨੇ, ਕੋਈ ਜ਼ਿਆਦਾ ਬੱਚਿਆਂ ਦੇ ਖਰਚੇ ਵਧੇ, ਸਾਡੇ ਵੀ ਖਰਚੇ ਵਧੇ ਨੇ। ਜਿਹੜਾ ਬਾਹਰ ਖਾਣੇ ਖਾਣ ਦਾ ਕਲਚਰ ਹੈ, ਕੋਈ ਸਰਵਿਸ ਟੈਕਸ ਵੱਧ ਚੁੱਕਿਆ, ਹੋਟਲਾਂ ਜਾਣਾ ਘਟਾਓ, ਜਿਹੜਾ ਆਪਣੇ ਘਰ 'ਚ ਖਾਣਾ ਬਣਾਓ, ਦਾਲ ਰੋਟੀ ਹਮੇਸ਼ਾ ਚੰਗੀ ਹੁੰਦੀ ਹੈ ਉਹਦੇ 'ਚ ਆਪਣਾ ਬਣਾ ਕੇ ਰੱਖੋ, ਔਰ ਜਿਹੜੀ ਆ ਤੁਸੀਂ ਬ੍ਰੈਂਡਿਡ ਦੀ ਗੱਲ ਕਰ ਦਿਓ, ਜੇ ਗੱਲ ਕਰ ਦਿਓ ਥੋੜ੍ਹਾ ਜਿਹਾ ਦੇਸੀ ਵਾਲੇ ਪਾਸੇ ਵੀ ਆ ਜਾਓ, ਸੂਤੀ ਵਾਲੇ ਪਾਸੇ ਆ ਜਾਓ, ਸਾਡਾ ਆਪਣਾ ਜਿਹੜਾ ਕੱਪੜਾ ਬਣਿਆ ਹੋਇਆ ਸਾਡੇ ਉਹ ਪਸੰਦ ਨਹੀਂ ਆਉਂਦਾ, ਅਸੀਂ ਬ੍ਰੈਂਡਿਡ ਲੈਂਦੇ ਹਾਂ, ਔਰ ਇਸੇ ਕਰਕੇ ਸਾਡਾ ਜਿਹੜਾ ਟੋਟਲ ਰੈਵਨਿਊ ਜਿਹੜਾ ਹੈਗਾ ਉਹ ਡਾਲਰ ਬਾਹਰ ਜਾ ਰਿਹਾ ਰੁਪਈਆਂ 'ਚ ਜਿਹੜਾ ਹੈਗਾ, ਉਹ ਸਾਡੇ ਕੋਲ ਇਸ ਕਰਕੇ ਵੀ ਸਾਡੇ ਕੋਲ ਰਿਸੋਰਸ ਘੱਟਦੇ ਜਾ ਰਹੇ ਨੇ ਕਿ ਅਸੀਂ ਸਾਰੀ ਚੀਜ਼ਾਂ ਦੇ ਪਿੱਛੇ ਪਏ ਹਾਂ ਵਿਦੇਸ਼ੀ ਚੀਜ਼ਾਂ ਦੇ ਪਿੱਛੇ। ਤਾਂ ਮੇਰਾ ਖਿਆਲ ਹੈ ਕਿ ਜਿਹੜੀ ਸਾਡੀ ਆਪਣੀ ਹੈ ਸਿਹਤ ਵੀ ਚੰਗੀ ਰਹੇਗੀ ਤੁਹਾਡੀ, ਆ ਜਿਹੜੇ AC ਨੇ ਘੱਟ ਇਸਤੇਮਾਲ ਕਰੋ, ਬਿਜਲੀ ਦੀ ਬੱਚਤ ਕਰੋ, ਪਾਣੀ ਬਚਾ ਕੇ ਰੱਖੋ, ਔਰ ਤੁਸੀਂ ਆਪਣੇ ਜਿਹੜੀ ਆਪਣੇ ਆਪ ਅਤੇ ਆਪਣੀ ਜੀਭ 'ਤੇ ਥੋੜ੍ਹਾ ਕੰਟਰੋਲ ਕਰੋ, ਕਿ ਜਿਹੜੀ ਚੀਜ਼ਾਂ ਨੇ ਬਹੁਤ ਸਾਰੀਆਂ ਚੀਜ਼ਾਂ ਅੱਜ ਵੀ ਅਸੀਂ ਅਵੇਲੇਬਲ ਨੇ ਜਿਹੜੀਆਂ ਸਸਤੀਆਂ ਮਿਲਦੀਆਂ ਨੇ, ਅਸੀਂ ਇਸਤੇਮਾਲ ਨਹੀਂ ਕਰਦੇ ਉਹਨਾਂ ਦਾ ਜਿਹੜਾ ਹੈਗਾ। ਤਾਂ ਮੇਰਾ ਖਿਆਲ ਕਿ ਦੁਬਾਰਾ ਇੱਕ ਵਾਰੀ ਤੋਂ ਫਿਰ ਤੋਂ ਤੁਹਾਨੂੰ ਇਸ ਪਾਸੇ ਸਿੰਪਲੀਸਿਟੀ ਵੱਲ ਜਾਣ ਦੀ ਲੋੜ ਹੈਗੀ ਹੈ, ਅਤੇ ਜੇ ਤੁਸੀਂ ਇਹਦੇ 'ਚੋਂ ਕੁਛ 4 ਪੈਸੇ ਬਚਾ ਕੇ ਜੋੜ ਕੇ ਚੰਗੀ ਜ਼ਿੰਦਗੀ
ਬਹੁਤ ਹੀ ਅੱਛੇ ਵਿਚਾਰ ਝਾਂਜੀ ਜੀ ਨੇ ਸਾਨੂੰ ਦੱਸੇ ਨੇ ਬਜਟ ਦੇ ਬਾਰੇ ਵੀ ਕਿ ਜਿਸ ਤਰ੍ਹਾਂ ਦਾ ਬਜਟ ਆ ਗਿਆ ਹੈ ਉਹਦੇ 'ਚ ਆਪਾਂ ਗੁਜ਼ਾਰਾ ਕਰਨਾ। ਤਾਂ ਸਾਡੇ ਬਜ਼ੁਰਗ ਵੀ ਕਿਸੇ ਵੇਲੇ ਕਿਹਾ ਕਰਦੇ ਸੀ, ਦਾਲ ਰੋਟੀ ਖਾਓ ਅਤੇ ਪ੍ਰਭੂ ਦੇ ਗੁਣ ਗਾਓ। ਤਾਂ ਮੈਨੂੰ ਲੱਗਦਾ ਕਿ ਜਿੱਦਾਂ ਦਾ ਇਹ ਬਜਟ ਆ ਗਿਆ ਸਾਨੂੰ ਇਸੇ ਤਰ੍ਹਾਂ ਹੀ ਲੋਕਾਂ ਦੇ ਦੇਖੋ ਦੇਖੀ ਲੋਕਾਂ ਦੇ ਮਗਰ ਨਾ ਲੱਗ ਕੇ ਆਪਣਾ ਜਿੰਨੇ ਆਪਣੇ ਆਪਣੇ ਕੋਲ ਹੈ ਉਹਦੇ 'ਚ ਹੀ ਗੁਜ਼ਾਰਾ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ। ਥੈਂਕ ਯੂ।